ਲੋਹੜੀ ਦੇ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਸਹਿਯੋਗ ਨਾਲ 251 ਨਵਜਾਤ ਲੜਕੀਆਂ ਦਾ ਜ਼ਿਲ੍ਹਾ ਪੱਧਰੀ ਲੋਹੜੀ ਸਮਾਗਮ ਬੀਬੀ ਕੇ ਡੀਏਵੀ ਮਹਿਲਾ ਕਾਲਜ ਵਿਖੇ ਆਯੋਜਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਸ਼ਬਦੁਲਾਰ ਸਿੰਘ ਢਿੱਲੋਂ ਮੁੱਖ ਮਹਿਮਾਨ ਸਨ ਅਤੇ ਉਹਨਾਂ ਨੇ ਲੋਹੜੀ ਜਲਾਈ ਅਤੇ ਸ਼ਹਿਰ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ। ਉਹਨਾਂ ਆਖਿਆ ਕਿ ਲੜਕੀਆਂ ਕਿਸੇ ਵੀ ਪੱਖੋਂ ਲੜਕੀਆਂ ਤੋਂ ਪਿੱਛੇ ਨਹੀਂ ਹਨ ਅਤੇ ਹਰ ਖੇਤਰ ਵਿੱਚ ਨਾਮ ਕਮਾ ਰਹੀਆਂ ਹਨ। ਡਾਕਟਰ ਭਾਰਤੀ, ਡਿਪਟੀ ਡੀਈਓ ਰਾਜੇਸ਼ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਅਫਸਰ ਹਰਦੀਪ ਕੌਰ, ਸੀਡੀਪੀਓ ਕੁਲਦੀਪ ਕੌਰ ਸਮੇਤ ਕਈ ਲੋਕ ਹਾਜ਼ਰ ਸਨ। ਇਸ ਤੋਂ ਇਲਾਵਾ ਜਿਹੜੀਆਂ 251 ਨਾਮ ਜੰਮੀਆਂ ਬੱਚੀਆਂ ਇਸ ਹਾਲ ਚ ਦੇਖੋ ਜੀ, ਜਿਹੜੀਆਂ ਬੇਟੀਆਂ ਹੈਗੀਆਂ ਉਹ ਸਾਡੇ ਸਮਾਜ ਦਾ ਬਹੁਤ ਹੀ ਵਡਮੁੱਲਾ ਸਰਮਾਇਆ ਹੈਗੀਆਂ ਔਰ ਇਹ ਹੁਣ ਸਮਾਂ ਆ ਗਿਆ ਹੈਗਾ ਕਿ ਅਸੀਂ ਇਸ ਗੱਲ ਨੂੰ ਐਪਰੀਸ਼ੀਏਟ ਕਰੀਏ। ਔਰ ਮੈਂ ਤਾਂ ਸਮਝਦਾ ਕਿ ਉਹ ਘਰ ਭਗਾਣਾ ਹੁੰਦਾ ਜਿੱਥੇ ਕਿ ਬੇਟੀ ਦਾ ਜਨਮ ਹੁੰਦਾ ਹੈਗਾ। ਔਰ ਜੇ ਅੱਜ ਅਸੀਂ ਅੱਜ ਸਮਾਜ ਦੇ ਵਿੱਚ ਵੇਖ ਲਈਏ, ਮੈਂ ਪਿੱਛੇ ਇੱਕ ਦੋ ਜਿਹੜੇ ਬਿਰਧ ਆਸ਼ਰਮ ਆ ਉਹਨਾਂ 'ਚ ਗਿਆ ਅਤੇ ਉਹ ਮੈਂ ਉੱਥੇ ਜਾ ਕੇ ਜੋ ਦੇਖਿਆ ਉਹ ਮੈਂ ਉਸ ਤੋਂ ਬੜਾ ਹੈਰਾਨ ਰਹਿ ਗਿਆ। ਉਹ ਇਹ ਕਿ ਜਿਹੜੇ ਉੱਥੇ ਪੇਰੈਂਟਸ ਜਿਨ੍ਹਾਂ ਦੇ ਬੱਚੇ ਹੈਗੇ ਆ ਔਰ ਉਹਨਾਂ ਦਾ ਧਿਆਨ ਨਹੀਂ ਰੱਖ ਰਹੇ, ਉਹ ਉੱਥੇ ਆ ਕੇ ਬਿਰਧ ਆਸ਼ਰਮ ਦੇ ਵਿੱਚ ਰਹਿ ਰਹੇ ਆ, ਉਹ 'ਚੋਂ ਮਜੋਰਿਟੀ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੇ ਮੁੰਡੇ ਹੈਗੇ ਆ ਔਰ ਉਹ ਮੁੰਡੇ ਉਹਨਾਂ ਦਾ ਧਿਆਨ ਨਹੀਂ ਰੱਖ ਰਹੇ ਔਰ ਇਸ ਕਰਕੇ ਉੱਥੇ ਆ ਰਹੇ ਆ। ਔਰ ਜਿਹੜੇ ਜਿਨ੍ਹਾਂ ਦੀਆਂ ਬੇਟੀਆਂ ਹੈਗੀਆਂ ਉਹ ਜਿਹੇ ਬੰਦੇ ਬਹੁਤ ਘੱਟ ਮਿਲਦੇ ਆ ਤੁਹਾਨੂੰ ਬਿਰਧ ਆਸ਼ਰਮਾਂ ਦੇ ਵਿੱਚ, ਕਿਉਂਕਿ ਬੇਟੀਆਂ ਆਪਣੇ ਪੇਰੈਂਟਸ ਦਾ ਜ਼ਿਆਦਾ ਧਿਆਨ ਰੱਖਦੀਆਂ। ਦੂਸਰੇ ਪਾਸੇ ਅਸੀਂ ਜੇ ਦੇਖੀਏ ਤਾਂ ਅੱਜ ਕਿਸੇ ਵੀ ਫੀਲਡ ਦੇ ਵਿੱਚ ਜੇ ਆਪਾਂ ਜਿਹੜੇ ਟੋਪਰਸ ਆ ਉਹਨਾਂ ਨੂੰ ਵੇਖੀਏ ਤਾਂ ਲੜਕੀਆਂ ਦਾ ਬਹੁਤ ਵੱਡਾ ਇੱਕ ਉਹਦੇ 'ਚ ਪਰਸੈਂਟੇਜ ਹੈਗੀ ਆ। ਉਹ ਹਰੇਕ ਫੀਲਡ ਦੇ ਵਿੱਚ ਬਹੁਤ ਵੱਡੀਆਂ ਮੱਲਾਂ ਮਾਰ ਰਹੀਆਂ ਹਨ, ਬਹੁਤ ਵੱਡੀਆਂ ਅਚੀਵਮੈਂਟਸ ਕਰ ਰਹੀਆਂ ਹਨ, ਭਾਵੇਂ ਅਸੀਂ ਪੋਲੀਟਿਕਸ ਲੈ ਲਈਏ, ਭਾਵੇਂ ਆਫਿਸਰਸ ਦੇਖ ਲਈਏ, ਭਾਵੇਂ ਬਿਜ਼ਨਸ ਦੇ ਵਿੱਚ ਵੇਖ ਲਈਏ, ਹਰੇਕ ਫੀਲਡ ਦੇ ਵਿੱਚ ਇਸ ਵੇਲੇ ਲੜਕੀਆਂ ਉੱਪਰ ਜਾ ਕੇ ਬਹੁਤ ਵਧੀਆ ਉਪਲਬਧੀਆਂ ਪ੍ਰਾਪਤ ਕਰ ਰਹੀਆਂ। ਜਿਸ ਤਰ੍ਹਾਂ ਮਤਲਬ ਕਿ ਧੀਆਂ ਦੀ ਲੋਹੜੀ ਮਨਾਵਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਧੀਆਂ ਬਚਣਗੀਆਂ, ਜਿਸ ਤਰ੍ਹਾਂ ਲੋਕ ਮਤਲਬ ਧੀਆਂ ਨੂੰ ਮਾਰੀ ਜਾ ਰਹੇ ਨੇ ਅਤੇ ਹੁਣ ਅੱਗੇ ਨਾਲੋਂ ਤਾਂ ਬਹੁਤ ਫਰਕ ਪੈ ਗਿਆ ਅਤੇ ਬਹੁਤ ਸਾਰੇ ਮਤਲਬ ਅੱਗੇ ਜਿੱਥੇ ਟੈਸਟ ਵਗੈਰਾ ਹੁੰਦੇ ਸੀ ਉਹ ਵੀ ਬਹੁਤ ਬੰਦ ਹੋ ਗਏ, ਉਹਨਾਂ ਨਾਲ ਵੀ ਬਹੁਤ ਫਰਕ ਪਿਆ ਵਾ ਅਤੇ ਹੁਣ ਅਸੀਂ ਵੀ ਆਂਗਨਵਾੜੀ ਵਰਕਰਾਂ ਵੀ ਬਹੁਤ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਨੇ ਕਿ ਧੀਆਂ ਨੂੰ ਬਚਾਇਆ ਜਾਵੇ। ਬੜੀ ਖੁਸ਼ੀ ਦੀ ਗੱਲ ਹੈ ਕਿ ਪਹਿਲੇ ਬੇਟੇ ਹੁੰਦੇ ਸੀ, ਬੇਟਿਆਂ ਦੀ ਲੋਹੜੀ ਮਨਾਈ ਜਾਂਦੀ ਸੀ, ਪਰ ਹੁਣ ਸਮਾਜ ਇੰਨਾ ਕੁ ਜਾਗਰੂਕ ਹੋ ਚੁੱਕਾ ਕਿ ਉਹ ਸਮਝਦੇ ਕਿ ਜਿੰਨੀ ਬੇਟੇ ਦੀ ਲੋੜ ਹੈ ਉਨੀ ਬੇਟੀ ਦੀ ਲੋੜ ਹੈ, ਇਸ ਕਰਕੇ ਲੋਕ ਜਾਗਰੂਕ ਹੋਣ ਦੇ ਨਾਲ ਨਾਲ ਬੇਟੀਆਂ ਦੀ ਲੋਹੜੀ ਵੀ ਮਨਾ ਰਹੇ ਹੈ ਜੀ। ਪਹਿਲਾਂ ਤਾਂ ਜੀ ਮੈਂ ਅੰਮ੍ਰਿਤਸਰ ਐਡਮਿਨਿਸਟ੍ਰੇਸ਼ਨ ਦਾ ਐਂਡ ਡੀ ਸੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਦਾ ਇਹ ਉਪਰਾਲਾ ਔਰ ਬੜੀ ਅੱਛੀ ਸੋਚ ਹੈ ਜਿਸ ਨੂੰ ਲੈ ਕੇ ਇਹ ਮਤਲਬ ਪ੍ਰੋਗਰਾਮ ਹੋ ਰਿਹਾ ਹੈ ਔਰ ਜ਼ਰੂਰਤ ਇਸ ਵੇਲੇ ਇਹ ਨੀਡ ਆਫ ਦਾ ਆਰਸ ਹੈ ਵੀ ਜਿਸ ਤਰ੍ਹਾਂ ਅਸੀਂ ਘਰਾਂ ਦੇ ਵਿੱਚ ਵੀ ਵਿਚਰਦੇ ਹਾਂ ਦੇਖਦੇ ਹਾਂ ਵੀ ਜੋ ਲੜਕੇ ਹੈ ਉਹ ਪੇਰੈਂਟਸ ਨੂੰ ਕਦੀ ਕੋਈ ਕਹਿੰਦੇ ਜੀ ਬਿਰਧ ਆਸ਼ਰਮ 'ਚ ਛੱਡ ਤਾ ਕਿਤੇ, ਲੜਕੀਆਂ 90% ਇਸ ਵੇਲੇ ਇਸ ਤਰ੍ਹਾਂ ਦੀ ਫੈਮਲੀਜ਼ ਹੋ ਗਈਆਂ ਵੀ ਜਿਹੜੀ ਲੜਕੀਆਂ ਡਾਇਰੈਕਟਲੀ ਔਰ ਇਨਡਾਇਰੈਕਟਲੀ ਆਪਣੇ ਪੇਰੈਂਟਸ ਨੂੰ ਦੇਖਦੀਆਂ। ਇਸ ਵੇਲੇ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਮੁੰਡਿਆਂ ਕੁੜੀਆਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਸਮਾਂ ਕੁੜੀਆਂ ਨੂੰ ਜ਼ਿਆਦਾ ਇਸ ਵੇਲੇ ਮੈਂਬਰ ਕਰਨ ਦੀ ਜ਼ਰੂਰਤ ਹੈ ਔਰ ਐਜੂਕੇਸ਼ਨ ਦੇਣ ਦੀ ਜ਼ਰੂਰਤ ਹੈ। ਸਰ, ਬੇਟੀਆਂ ਨੂੰ ਇੰਪੋਰਟੈਂਸ ਦੇਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਮੁੰਡਿਆਂ ਦੀ ਲੋਹੜੀ ਦੇਣਾ ਜ਼ਰੂਰੀ ਹੈ, ਬਿਕੋਜ਼ ਅੱਜ ਕੋਈ ਵੀ ਇੱਦਾਂ ਦਾ ਖੇਤਰ ਨਹੀਂ ਰਿਹਾ ਜਿੱਥੇ ਬੇਟੀਆਂ ਪਿੱਛੇ ਰਹੀਆਂ ਹੋਣ ਮੁੰਡਿਆਂ ਤੋਂ। ਸੋ ਜੇ ਆਪਾਂ ਬੇਟੀਆਂ ਦੀ ਲੋਹੜੀ ਵੀ ਓਨੀ ਹੀ ਦੇਵਾਂਗੇ ਜਿੰਨੀ ਮੁੰਡਿਆਂ ਦੇ, ਇਹਦੇ ਨਾਲ ਬੇਟੀਆਂ ਨੂੰ ਅੰਦਰੋਂ ਆਤਮ ਵਿਸ਼ਵਾਸ ਪੈਦਾ ਹੋਏਗਾ ਅਤੇ ਉਹ ਹੋਰ ਅੱਗੇ ਐਕਸੇਲ ਕਰ ਸਕੇਗੀਆਂ। ਕਹਿੰਦੇ ਨੇ ਧੀਆਂ ਮਾਪਿਆਂ ਨੂੰ ਪੁੱਤਰਾਂ ਨਾਲੋਂ ਵੀ ਵੱਧ ਪਿਆਰੀਆਂ ਨੇ ਅਤੇ ਅੱਜ ਕੱਲ੍ਹ ਧੀਆਂ ਹਰ ਖੇਤਰ ਦੇ ਵਿੱਚ ਵਡਮੁੱਲਾ ਕੰਮ ਕਰ ਰਹੀਆਂ ਨੇ।
ਔਰ ਜਿੱਥੇ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਾਲਾਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਮੁੰਡਿਆਂ ਦੇ ਜਨਮ 'ਤੇ ਲੋਹੜੀ ਪਾਈ ਜਾਂਦੀ ਸੀ, ਹੁਣ ਕੁੜੀਆਂ ਦੇ ਜਨਮ 'ਤੇ ਵੀ ਲੋਹੜੀ ਪਾਈ ਜਾਂਦੀ ਹੈ। ਮਾਪਿਆਂ ਦਾ ਆਖਣਾ ਕਿ ਕੁੜੀਆਂ ਪੁੱਤਰਾਂ ਨਾਲੋਂ ਵੱਧ ਉਹਨਾਂ ਨੂੰ ਪਿਆਰ ਕਰਦੀਆਂ ਨੇ, ਜੇਕਰ ਪੁੱਤਰਾਂ ਨਾਲ ਦਾ ਵੀ ਸਹੀ ਅਤੇ ਚੰਗਾ ਵਤੀਰਾ ਹੋ ਸਕਦਾ ਹੈ ਅਤੇ ਧੀਆਂ ਵੀ ਮਾਪਿਆਂ ਨੂੰ ਉਨੀਆਂ ਹੀ ਪਿਆਰੀਆਂ ਨੇ ਅਤੇ ਧੀਆਂ ਨਾਲ ਵੀ ਉਨਾ ਹੀ ਪਿਆਰ ਹੁੰਦਾ। ਇਸ ਲਈ ਲੋਕਾਂ ਨੇ ਹੁਣ ਧੀਆਂ ਦੀਆਂ ਲੋਹੜੀਆਂ ਪਾਉਣੀਆਂ ਸ਼ੁਰੂ ਕੀਤੀਆਂ ਨੇ ਅਤੇ ਧੀਆਂ ਵਡਮੁੱਲੀਆਂ ਨੇ ਅਤੇ ਧੀਆਂ ਮਾਪਿਆਂ ਨੂੰ ਬਹੁਤ ਹੀ ਪਿਆਰੀਆਂ ਹਨ। ਕੈਮਰਾਮੈਨ ਅਜੇ ਕੁਮਾਰ ਨਾਲ ਸੰਦੀਪ ਸਿਆਲ, ਫਸਟ ਨਿਊਜ਼ ਅੰਮ੍ਰਿਤਸਰ।